ਮੁੰਡੇ ਦਾ ਵਿਆਹ ਕੀਤਾ, ਜਸ਼ਨ ਬੀਬਰ ਨੂੰ ਸੱਦਿਆ, ਹਾਲੀਵੁੱਡ ਵਾਲੇ ਕਿੰਨੇ ਆਏ ਆ ਕਿੰਨੇ ਨਹੀਂ, ਆਪਣੇ ਬਾਲੀਵੁੱਡ ਵਾਲੇ ਆਏ, ਪੰਜਾਬ ਵਾਲੇ ਬਾਲੀਵੁੱਡ ਵਾਲੇ ਗਏ, ਕਹਿਣ ਦਾ ਮਤਲਬ ਤੁਹਾਨੂੰ ਚਾਰ 'ਤੇ ਲਾਇਆ ਮੁਫਤੀ 'ਤੇ, ਯਾਦ ਕਰੋ ਮੁਫਤ ਦੀ ਚਾਰ 'ਤੇ ਲਾ ਕੇ ਅੱਜ 720 ਰੁਪਏ ਦਾ 1400% ਦਾ ਵਾਧਾ, ਬਿਜ਼ਨਸ ਉਹਨਾਂ ਦਾ ਕਿੰਨਾ ਤੰਗ ਆ, ਆਈਡੀਆ ਲਾ ਸਕਦੇ ਹੋ, ਜੀਰੋਆਂ ਨਹੀਂ ਲੱਗਣੀਆਂ ਪੰਜਾਬੀ ਤੁਹਾਡੇ ਤੋਂ। ਇੱਦਾਂ ਹੀ ਤੁਹਾਨੂੰ ਇਹਨਾਂ ਨੇ ਚਾਰ 'ਤੇ ਲਾਇਆ, ਬਿਜਲੀ ਮੁਫਤ, ਪਾਣੀ ਮੁਫਤ, ਪਾਣੀ ਦੇ ਦੇ ਮੁਫਤ, ਸਾਡਾ ਧਰਤੀ ਹੇਠਲਾ ਪਾਣੀ ਗਰਕ ਗਿਆ। ਇੱਦਾਂ ਹੀ ਨਿੱਜੀਕਰਨ ਦੇ ਨੁਕਸਾਨ ਨੇ ਇਹ। ਮੰਨ ਲਓ ਕਿਸੇ ਵੀ ਮਹਿਕਮੇ ਨੂੰ ਬਿਜਲੀ ਬੋਰਡ ਨਿੱਜੀ ਕਰਨ ਕਰਤਾ, ਅਗਲੇ ਆਪਦੀ ਚਲਾਉਂਗੇ, ਅਸੀਂ ਤਾਂ ਜੀ 20 ਰੁਪਏ ਯੂਨਿਟ ਦੇਣੀ ਆ, ਲੈਣੀ ਆ, ਲਾਓ ਨਹੀਂ ਬਾਹਰ ਚਲੋ, ਕੀ ਕਰੋਗੇ। ਸਤਿ ਸ਼੍ਰੀ ਅਕਾਲ ਪੰਜਾਬੀਓ, ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਨਿੱਜੀਕਰਨ ਦਾ ਮੁਫਾਦ ਕਿਹਨੂੰ ਕਹਿੰਦੇ ਨੇ, ਨਿੱਜੀਕਰਨ ਦੇ ਕੀ ਨੁਕਸਾਨ ਨੇ, ਕੀ ਨਿੱਜੀਕਰਨ ਦੇ ਨਾਲ ਸਾਡੇ 'ਤੇ ਪ੍ਰਭਾਵ ਪੈਂਦਾ। ਅਸੀਂ ਕਹਿੰਦੇ ਹਾਂ ਵੀ ਕੋਈ ਵੀ ਚੀਜ਼ ਹੈ ਤਾਂ ਨਿੱਜੀਕਰਨ ਹੋ ਗਿਆ, ਮੰਨ ਲਓ ਪੰਜਾਬ ਰੋਡ ਵਿੱਚ ਪ੍ਰਾਈਵੇਟ ਹੱਥਾਂ 'ਚ ਚਲੀ ਗਈ, ਹੈ ਨਾ, ਕੀ ਹਾਲ ਹੋਊਗਾ। ਬਿਜਲੀ ਬੋਰਡ ਪ੍ਰਾਈਵੇਟ ਕਰਤਾ ਦਾ ਕੀ ਹਾਲ ਹੋਊਗਾ, ਹੈ ਨਾ, ਕੋਈ ਸਰਕਾਰੀ ਅਦਾਰਾ ਜਿਹੜਾ ਪ੍ਰਾਈਵੇਟ ਹੋ ਗਿਆ ਤਾਂ ਕੀ ਹਾਲ ਹੋਊਗਾ। ਫਿਰ ਜਿਹਦੇ ਕੋਲ ਚਲਾਇਆ ਜਾਊਗਾ ਉਹ ਆਪਦੀ ਮਨਮਰਜ਼ੀ ਨਾਲ ਚਲਾਊ ਸਾਰਾ ਕੁਛ, ਸਾਰੀ ਮਨਮਰਜ਼ੀ ਨਾਲ। ਹੁਣ ਤਾਂ ਮੈਂ ਤੁਹਾਨੂੰ ਉਦਾਹਰਣ ਦੇਣ ਲੱਗਿਆ, ਤੁਸੀਂ ਦੇਖਿਆ ਹੋਣਾ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ, ਉਹ ਜਿਹੜਾ ਭਾਰਾ ਜਿਹਾ, ਹੈ ਨਾ, ਜਸਟਨ ਬੀਬਰ ਗਾ ਕੇ ਗਿਆ, 85 ਕਰੋੜਾਂ ਦੇ ਜਸਟਨ ਬੀਬਰ ਨੇ ਲਿਆ, ਐਂ ਪੈਂਟ ਆਪਦੀ ਥੱਲੇ ਨੂੰ ਖਿਸਕਾਲੀ, ਕੱਛਾ ਦਿਖਾਉਣ ਦਾ ਹੀ 85 ਕਰੋੜ ਲੈ ਗਿਆ। ਹੁਣ ਉਹ ਤੁਹਾਡੇ ਸਿਰੋਂ ਕਿਵੇਂ ਕੱਢਿਆ ਗਿਆ, ਤੁਹਾਨੂੰ ਮਿੱਠੇ ਜ਼ਹਿਰ 'ਤੇ ਕਿਵੇਂ ਲਾਉਂਦੇ ਨੇ ਇਹ ਬਿਜ਼ਨਸਮੈਨ, ਤੁਹਾਨੂੰ ਮਿੱਠੇ ਜ਼ਹਿਰ 'ਤੇ ਕਿਵੇਂ ਲਾਉਂਦੇ ਨੇ, ਇਹ ਮੈਂ ਗੱਲ ਦੱਸਣ ਜਾ ਰਿਹਾ। ਤੁਸੀਂ, ਤੁਹਾਨੂੰ ਯਾਦ ਹੋਣਾ ਜਦੋਂ ਜੀਓ ਚੱਲਿਆ, ਜਦੋਂ ਜੀਓ ਚੱਲਿਆ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਜੀਓ ਦੇ ਸਿਮ, ਜੀਓ ਦਾ ਰੀਚਾਰਜ ਬਿਲਕੁਲ ਮੁਫਤ 'ਚ ਦਿੱਤਾ, ਬਿਲਕੁਲ ਫ੍ਰੀ 'ਚ ਦਿੱਤਾ। ਯਾਦ ਆ ਆਪਾਂ ਸਾਰੇ ਜੀਓ ਜੀਓ, ਉਦੋਂ ਅਸੀਂ ਬੜਾ ਰੌਲਾ ਪਾਇਆ, ਉਹ ਇਹ ਨਿੱਜੀਕਰਨ ਹੋ ਜੂ, ਇਹ ਫ੍ਰੀ 'ਚ ਇਲਾਜ ਦੇਣਗੇ, ਫ੍ਰੀ ਦੀ ਚਾਰ 'ਤੇ ਲਾਉਣਗੇ। ਇਹਦੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ, ਜਿਹੜੀਆਂ ਮੁਫਤ 'ਚ ਚੀਜ਼ਾਂ ਦਿੰਦੇ ਨੇ ਉਹਨਾਂ ਦਾ ਕੀ ਨੁਕਸਾਨ ਆ, ਤੁਹਾਨੂੰ ਉਹ ਵੀ ਪਤਾ ਲੱਗ ਜੂਗਾ, ਹੈ ਨਾ। ਮੁਫਤ 'ਚ ਮੰਨ ਲਓ ਆਟਾ, ਦਾਲ, ਪਾਣੀ, ਬਿਜਲੀ ਸਾਨੂੰ ਮੁਫਤ 'ਚ ਦੇ ਰਹੇ ਨੇ, ਉਹਦੇ ਕੀ ਨੁਕਸਾਨ ਨੇ, ਉਹ ਵੀ ਤੁਹਾਨੂੰ ਨਾਲ ਹੀ ਨਾਲ ਪਤਾ ਲੱਗ ਜੂ। ਜੀਓ ਫ੍ਰੀ 'ਚ ਆਇਆ, ਉਸ ਤੋਂ ਬਾਅਦ ਇਹਨਾਂ ਨੇ 49 ਰੁਪਏ ਦਾ ਕਰਤਾ, ਆਪਾਂ ਕਹਾਂ ਕੋਈ ਨਹੀਂ 49 ਜਾਂ 50 ਹੀ ਆ, ਫਿਰ 49 ਤੋਂ 99 ਰੁਪਏ ਹੋਇਆ, ਯਾਦ ਹੋਊਗਾ, 99 ਤੋਂ ਇਹ ਚਲਾ ਗਿਆ 149 ਕਰਤਾ, 149 'ਚੋਂ 199 ਹੋਇਆ, ਫਿਰ 249 ਹੋਇਆ, ਫਿਰ 299 ਹੋਇਆ, ਫਿਰ ਸਿੱਧਾ 100 ਵਧਿਆ, 399 ਕੀਤਾ, ਫਿਰ 499 ਹੋਇਆ, ਆਪਾਂ ਕਿਹਾ ਯਾਰ 499 ਚੱਲ ਬਾਕੀਆਂ ਨਾਲੋਂ ਸਸਤਾ, 50-100 ਰੁਪਈਆ, ਫਿਰ 599 ਹੋਇਆ, 699, ਅਤੇ ਹੁਣ 720 ਰੁਪਏ ਦਾ ਹੋ ਗਿਆ ਰੀਚਾਰਜ, 2 GB ਵਾਲਾ ਜਿਹੜਾ ਆਪਾਂ ਪਵਾਉਂਦੇ ਹਾਂ। ਪਹਿਲਾਂ ਮੁਫਤ 'ਚ ਆਇਆ, ਫ੍ਰੀ 'ਚ ਆਇਆ, ਹੈ ਨਾ, 5 ਸਾਲਾਂ ਦੇ ਵਿੱਚ 1400% ਦੀ ਵਾਧਾ ਹੋ ਗਿਆ। ਮੁੰਡੇ ਦਾ ਵਿਆਹ ਕੀਤਾ, ਜਸ਼ਨ ਬੀਬਰ ਨੂੰ ਸੱਦਿਆ, ਹਾਲੀਵੁੱਡ ਵਾਲੇ ਕਿੰਨੇ ਆਏ ਆ ਕਿੰਨੇ ਨਹੀਂ, ਆਪਣੇ ਬਾਲੀਵੁੱਡ ਵਾਲੇ ਆਏ, ਪੰਜਾਬ ਵਾਲੇ ਬਾਲੀਵੁੱਡ ਵਾਲੇ ਗਏ, ਕਹਿਣ ਦਾ ਮਤਲਬ ਤੁਹਾਨੂੰ ਚਾਰ 'ਤੇ ਲਾਇਆ ਮੁਫਤੀ 'ਤੇ, ਯਾਦ ਕਰੋ ਮੁਫਤ ਦੀ ਚਾਰ 'ਤੇ ਲਾ ਕੇ ਅੱਜ 720 ਰੁਪਏ ਦਾ 1400% ਦਾ ਵਾਧਾ, ਬਿਜ਼ਨਸ ਉਹਨਾਂ ਦਾ ਕਿੰਨਾ ਤੰਗ ਆ, ਆਈਡੀਆ ਲਾ ਸਕਦੇ ਹੋ, ਜੀਰੋਆਂ ਨਹੀਂ ਲੱਗਣੀਆਂ ਪੰਜਾਬੀ ਤੁਹਾਡੇ ਤੋਂ। ਇੱਦਾਂ ਹੀ ਤੁਹਾਨੂੰ ਇਹਨਾਂ ਨੇ ਚਾਰ 'ਤੇ ਲਾਇਆ, ਬਿਜਲੀ ਮੁਫਤ, ਪਾਣੀ ਮੁਫਤ, ਪਾਣੀ ਦੇ ਦੇ ਮੁਫਤ, ਸਾਡਾ ਧਰਤੀ ਹੇਠਲਾ ਪਾਣੀ ਗਰਕ ਗਿਆ। ਇੱਦਾਂ ਹੀ ਨਿੱਜੀਕਰਨ ਦੇ ਨੁਕਸਾਨ ਨੇ ਇਹ। ਮੰਨ ਲਓ ਕਿਸੇ ਵੀ ਮਹਿਕਮੇ ਨੂੰ ਬਿਜਲੀ ਬੋਰਡ ਨਿੱਜੀ ਕਰਨ ਕਰਤਾ, ਅਗਲੇ ਆਪਦੀ ਚਲਾਉਂਗੇ, ਅਸੀਂ ਤਾਂ ਜੀ 20 ਰੁਪਏ ਯੂਨਿਟ ਦੇਣੀ ਆ, ਲੈਣੀ ਆ, ਲਾਓ ਨਹੀਂ ਬਾਹਰ ਚਲੋ, ਕੀ ਕਰੋਗੇ। ਇੱਦਾਂ ਹੀ ਰੋਡਵੇਜ਼ ਪ੍ਰਾਈਵੇਟ ਹੋ ਗਈ, ਉਹ ਆਪਦੇ ਮਨਮਰਜ਼ੀ ਦੇ ਰੇਟ ਤੈਅ ਕਰਨਗੇ, ਹੁੰਦਾ ਹੀ ਆਪਣੇ ਨਾਲ, ਆਪਾਂ ਦੇਖਿਆ ਹੀ ਹੈ ਯਾਰ, ਆਟਾ ਆਪਣਾ ਲੈ ਲਓ, ਕਣਕ ਦਾ ਆਟਾ ਭਿਉਂਦੇ ਹਾਂ, ਅਤੇ ਆ ਜਿਹੜੇ ਬ੍ਰਾਂਡ ਦੇ ਆਉਂਦੇ ਨੇ ਇਹ ਲੈ ਲਓ, ਅਸੀਂ ਸਾਰੇ ਫਸੇ ਹਾਂ, ਉਹ ਜੀਓ ਫ੍ਰੀ 'ਚ ਦਿੰਦਾ, ਉਹ ਲੈ ਲਓ ਫ੍ਰੀ 'ਚ, ਸਿਮ ਕੀ ਮਾੜਾ, 2 ਮਹੀਨੇ ਨੈੱਟ ਫ੍ਰੀ, ਐਂ ਫ੍ਰੀ ਲੈ ਕੇ ਅੱਜ ਆ ਕੇ ਉਹਨਾਂ ਨੇ ਤੁਹਾਡੇ ਸੋਟਾ ਮਾਰਿਆ। ਨਿੱਜੀਕਰਨ ਦਾ ਨੁਕਸਾਨ ਇਹ ਹੈ ਪੰਜਾਬੀ, ਮੁਫਤ ਦੀਆਂ ਚੀਜ਼ਾਂ ਦਾ ਨੁਕਸਾਨ ਇਹ ਆ। ਇਸ ਲਈ ਆਓ ਅਸੀਂ ਆਪਣੇ ਸਰਕਾਰੀ ਅਦਾਰਿਆਂ ਨੂੰ ਸਟਰੋਂਗ ਕਰਨ, ਤਾਕਤਵਰ ਬਣਾਉਣ ਦੇ ਵੱਲ ਹੋਈਏ, ਅਤੇ ਇਹਨਾਂ ਦਾ ਖੜਾ ਛੱਡ ਕੇ ਅਸੀਂ ਉਸ ਰਾਹ 'ਤੇ ਚੱਲੀਏ ਜਿੱਥੇ ਸਾਡਾ ਕੋਈ ਫਾਇਦਾ ਹੋਵੇ। BSNL ਇੱਕ ਸਰਕਾਰੀ ਕੰਪਨੀ ਹੈ, ਉਹ ਵਿਚਾਰੀ ਕਿੱਥੇ ਖੜੀ ਹੈ,
ਅਤੇ ਜੀਓ ਵਾਲੇ ਅੱਜ ਕਿੱਥੇ ਨੇ? ਕੀ ਬੀ ਐੱਸ ਐੱਨ ਐੱਲ ਜਿਹਨਾਂ ਦੀ ਹੈ ਉਹ ਜਸ਼ਨ ਬੀਬਰ ਵਰਗੇ ਨੂੰ 80 ਕਰੋੜ ਦੇ ਕੇ ਸੱਦ ਲੈਣਗੇ? ਉਹ ਮੋਟੇ ਜਿਹੇ ਵਿਆਹ 'ਤੇ 80 ਕਰੋੜ ਦੇ ਕੇ ਜਸ਼ਨ ਬੀਬਰ ਨਿੱਕਰ ਹੀ ਇੱਕ ਅੱਛਾ ਦਿਖਾਇਆ ਨਿੱਕਰ ਥੱਲੇ ਨੂੰ ਕਰਕੇ ਐਂ ਕਰਕੇ ਲੈ ਗਿਆ। ਇਸ ਲਈ ਆਓ ਨਿੱਜੀਕਰਨ ਤੋਂ ਬਚੀਏ। ਤੁਹਾਡਾ ਧੰਨਵਾਦ, ਸਤਿ ਸ਼੍ਰੀ ਅਕਾਲ।